ਸਤਿ ਸ਼੍ਰੀ ਅਕਾਲ ਸਰ, ਸਵਾਗਤ ਤੁਹਾਡੇ ਗੱਲਾਂ ਬਾਤ ਦੇ ਰੋਮਾਂਚਕ ਸੁਨੇਹਾ ਕਟਿਆਲ ਪਨੌਤੀ ਚੁਣੌਤੀ ਜੋ ਵੀ ਸੀਰੀਜ਼ ਦੇ ਵਿੱਚ ਵੈਰੀ ਬਿਗ ਪ੍ਰੋਬਲਮ ਆ ਗਈ। ਆ ਮਾਈ ਗਾਡ, ਇਹਦਾ ਰੋਲਾ ਨਹੀਂ ਮੁੱਕਦਾ। ਸਟੋਪ ਦੀਜ ਕੰਪਲੇਂਟਸ। ਓਕੇ, ਸਿੱਖ ਸਿੱਖ ਕੇ ਬਣਨਾ ਪੈਂਦਾ ਖਾਣਾ, ਸਿੱਖ ਸਿੱਖ ਕੇ ਬਣਾਉਣਾ ਪੈਂਦਾ ਖਾਣਾ। ਅੱਛਾ, ਸਿੱਖ ਸਿੱਖ ਕੇ ਤੂੰ ਏਂਜਲ ਤੋਂ ਸਿੱਖ ਲਿਆ ਕਰ ਇੰਨਾ ਕੁਛ ਤਾਂ ਬਣਾਉਣਾ ਹੁੰਦਾ। ਜੇ ਬਾਲਾ ਤੂੰ ਵਧੀਆ ਬਣਾਉਣਾ ਸਿੱਖਣਾ, ਮਤਲਬ ਵੀ ਪਿੱਤਿਆਂ ਦਾ ਅਤੇ ਫੇਫੜਿਆਂ ਦਾ ਨਾਸ ਮਾਰਨਾ, ਫਿਰ ਤੂੰ ਮਾਨੀ ਦੇ ਵਲੌਗ ਵੇਖ ਲਿਆ ਕਰ ਰੈਸਪੀਆਂ ਵਾਲੇ। ਜੀਰਾ ਬਾਅਦ 'ਚ ਪਾਉਣਾ, ਪਰ ਇਹ ਵੇਖ ਲਾ ਤੂੰ ਮੂਣ ਝਾੜਾ ਮਾਰਾਂ ਕਿਤੇ ਮਾਰਾਂ ਯਾਰ। ਸੋ ਸ਼ੁਰੂ ਕਰੀਏ, ਕੰਪਲੇਂਟਸ ਕਿਹੜੀਆਂ ਹੋ ਗਈਆਂ ਇਹਦੇ 'ਤੇ? ਓ ਮਾਈ ਗੋਡ, ਵੈਰੀ ਯਾਰ ਸਮਾਲ ਪ੍ਰੋਬਲਮ, ਵੈਰੀ ਸਮਾਲ। ਹਾਂ ਕੋਈ ਗੱਲ ਨਹੀਂ, ਆਓ ਸੋਲਵ ਕਰੀਏ। ਅੱਜ ਗੱਡੀ ਚਲਾਣ। ਅੱਛਾ, ਮੇਰੇ ਨਾਲ ਬੰਦਾ ਬੈਠਾ ਬਹੁਤ ਹੀ ਘਬਰਾ ਰਿਹਾ ਹੈ। ਅੰਨੀ ਦੀ ਨੇ ਡਿੱਪਰ ਛੱਡ ਰੱਖੇ ਹੈ, ਹਜ਼ਾਰਡ ਲਾਈਟਸ। ਓਕੇ, ਫੋਗ ਲਾਈਟਸ ਕਹਿ ਦਿੰਦੇ ਜਿਹਨੂੰ ਆਪਾਂ, ਹਜ਼ਾਰਡ ਲਾਈਟਸ। ਕੀ ਧੁੰਦ ਪਈ ਜਾਂਦੀ ਹੈ ਇੱਥੇ? ਕਦੋਂ ਛੱਡੇ ਇਹ? ਘਿਰਵੜਨ ਲੱਗੀ ਪਹਾੜਾਂ ਤੋਂ, ਸਟੀਮ ਲਈ ਫਿਰਦੀ ਅੰਨੀ ਦੀ ਕਿਸੇ ਦੀ। ਇਹਨੂੰ ਕੀ ਕਹਿੰਦੇ ਨੇ ਵੀ ਪਾਰਕਿੰਗ ਲਾਈਟਸ? ਇਹ ਫਲੈਸ਼ਿੰਗ ਲਾਈਟ ਹੈ, ਹਜ਼ਾਰਡ ਲਾਈਟਸ। ਅੱਲਾ, ਫਲੈਸ਼ਿੰਗ ਲਾਈਟ, ਫਲੈਸ਼ਿੰਗ ਲਾਈਟ ਕਹਿੰਦੇ ਆ ਕੈਨੇਡਾ 'ਚ। ਚਲੋ, ਮਤਲਬ ਲਾਈਟਸ ਹੋ ਗਈਆਂ ਜੋ ਵੀ, ਪਾਰਕਿੰਗ ਲਾਈਟਸ, ਪਾਰਕਿੰਗ ਲਾਈਟਸ ਪਿੱਛੇ ਹੁੰਦੀਆਂ ਅੰਨੀ ਦੀ। ਇਹ ਵੀ ਕਹਿਤੀਆਂ, ਚੱਲ ਇਹ ਔਨ ਕਰਤੀ ਆ। ਆਪਾਂ ਇਸ ਸਾਈਡ ਰੱਖਣੀ ਆ, ਤੁਹਾਡੀ ਵਾਲੀ ਸਾਈਡ ਕੀ ਮੇਰੀ ਵਾਲੀ ਸਾਈਡ ਰੱਖਣੀ ਆ ਗੱਡੀ? ਮੇਰੀ ਵਾਲੀ ਸਾਈਡ, ਹੈਨਾ? ਕਿਉਂਕਿ ਆਪਣੇ ਇਧਰ ਇਹਨੂੰ ਇਹ ਵੀ ਨਹੀਂ ਪਤਾ। ਓਕੇ, ਥੱਥੀ ਆ ਅੰਨੀ ਦੀ, ਸਟੀਅਰਿੰਗ ਵੇਖ ਕੇ ਪਤਾ ਕਰ ਲਾ ਵੀ ਜਿੱਧਰ ਨੂੰ ਤੇਰਾ ਸਟੀਅਰਿੰਗ ਉਧਰ ਨੂੰ ਕਾਰਾਂ ਆਉਣਗੀਆਂ, ਨਾ ਕਿ ਉਧਰੋਂ ਜਾਣਗੀਆਂ। ਸਟੀਅਰਿੰਗ ਨਹੀਂ ਪਤਾ ਪੁੱਠੇ ਪਾਸੇ ਤੈਨੂੰ? ਆਪਾਂ ਇੱਧਰ ਨੂੰ ਰੱਖਣੀ ਕਿ ਉੱਧਰ ਨੂੰ ਰੱਖਣੀ ਹੈ? ਜੇ ਪਰਲੇ ਪਾਸੇ ਰੱਖ ਲੇਂਗੇ ਤਾਂ ਪਰੇ ਕਿਵੇਂ ਵੇਖੇਂਗੀ? ਜਿਵੇਂ ਇੰਡੀਆ 'ਚ ਅਸੀਂ ਇੱਧਰੋਂ ਵੇਖਦੇ ਸੀ। ਰਵੀ ਕਿਹੜਾ ਮਾਲੀ ਤਾਂ ਨੀ ਕਿਤੇ? ਲੈ ਆਉਂਗੀ, ਸਹੀ ਸਲਾਮਤ ਲੈ ਕੇ ਆਉਂਗੀ। ਮੈਂ ਇੰਡੀਆ ਬਹੁਤ ਗੱਡੀ ਚਲਾਈ ਹੈ, ਇੱਥੇ ਮੈਨੂੰ ਮੜਕ ਹਿਸਾਬ ਜਿਹਾ ਨੀ। ਜੇ ਮੈਨੂੰ ਹਿਸਾਬ ਆ ਗਿਆ ਤਾਂ ਮੈਂ ਛੱਡਣਾ ਕਿਸੇ ਨੂੰ। ਆਓ ਫਿਰ ਇਹ ਟਰੱਕਾਂ ਵਾਲਿਆਂ ਨਾਲ ਪੇਚੇ ਲਾਇਆ ਕਰੂਗੀ, ਸੋਰੀ ਪੇਚੇ ਨਹੀਂ, ਸੋਰੀ ਰੇਸ ਲਾਇਆ ਕਰੂਗੀ। ਮਤਲਬ ਰੇਸ ਲਾਇਆ ਕਰੂ ਜਿਹੜੇ ਟਰੱਕ ਵਾਲੇ ਭਰਾ ਆਪਣੇ ਅਮਰੀਕਾ ਅਮਰੂਕਾ ਜਿਹੜੇ ਭਰਾ ਬੈਠੇ, ਜਿੰਨੇ ਵੀ ਇੰਗਲੈਂਡ 'ਚ ਭਰਾ ਆ ਗਏ, ਉਹ ਨੀਲੀ ਲਾਈਟ ਵਾਲੀ ਵੈਨ ਚਲਾਉਂਦੇ। ਮੈਨੂੰ ਕਈਆਂ ਦੇ ਨਾ ਕਈ ਲੋਕ ਇੱਦਾਂ ਦੇ ਜਿਹੜੇ ਵੀਡੀਓ ਭੇਜਦੇ ਰਹਿੰਦੇ, ਟੈਗ ਕਰਦੇ ਰਹਿੰਦੇ ਆ, ਉਹ ਸਬਸਕ੍ਰਾਈਬਰ ਨਹੀਂ ਰਹਿੰਦੇ, ਉਹ ਭਰਾ ਬਣ ਜਾਂਦੇ ਆ। ਮਤਲਬ ਜਾਣੂ ਹੋ ਜਾਂਦਾ ਉਹ ਬੰਦਿਆਂ ਨੂੰ ਵੀ ਇਹਨਾਂ ਨੇ ਵੀਡੀਓ ਵੇਖਣੀ ਵੇਖਣੀ ਹੈ, ਜਾਂ ਵੇਖਦੇ ਪਏ ਆ, ਜਾਂ ਯਾਦ ਰਹਿੰਦਾ ਬੰਦਾ ਕਿੱਥੋਂ ਹੈ। ਉਹ ਹੈਗੇ ਨਾ ਦੋ ਮੁੰਡੇ ਆ ਇੰਗਲੈਂਡ 'ਚ, ਉਹ ਨੀਲੀ ਜੀ ਲਾਈਟ ਵਾਲੀ ਵੈਨ ਚਲਾਉਂਦੇ, ਵਿਚਾਲੇ ਟੈਬ ਰੱਖਿਆ ਹੁੰਦਾ। ਇੱਕ ਉਹ ਭਰਾ ਅਮਰੀਕਾ ਵਾਲੇ, ਦੋ ਜਣੇ ਆਪਣੇ, ਇੱਕ ਤਾਂ ਆਪਣਾ ਗੱਲਬਾਤ ਹੁੰਦੀ ਰਹਿੰਦੀ, ਇੱਕ ਭਾਅ ਜੀ ਥੋੜ੍ਹਾ ਜਿਹਾ ਬਿਜ਼ੀ ਹੋ ਗਿਆ, ਮੈਨੂੰ ਲੱਗਦਾ ਕਿਤੇ ਵੀਡੀਓ ਘੱਟ ਪਾਉਂਦਾ ਅਟੈਕ ਕਰਦਾ, ਜਾਂ ਪਸੰਦ ਨਹੀਂ ਆਉਂਦੀਆਂ ਹੋਣੀਆਂ। ਨਹੀਂ ਨਹੀਂ ਪਸੰਦ ਆਉਂਦੀਆਂ ਵੀਰ, ਬਿਜ਼ੀ ਹੋਈਦਾ। ਚਲੋ ਐਕਸਪੀਰੀਅੰਸ ਦੱਸੋ ਮੈਨੂੰ ਆਪਣਾ, ਕਿੱਦਾਂ ਲੱਗ ਰਿਹਾ ਤੁਹਾਨੂੰ? ਐਕਸਪੀਰੀਅੰਸ ਥੋੜ੍ਹਾ ਥੋੜ੍ਹਾ ਅੰਨੀ ਦੇ ਡਰਾਈਵਰੀ ਤੋਂ ਸਿੱਖਦੀ ਪਈ ਆ ਕਿ ਉਹ ਸਿੱਖੀ ਜਾਂਦਾ ਐਕਸਪੀਰੀਅੰਸ ਦੱਸੋ ਕੀ ਬਈ। ਪ੍ਰੋਬਲਮ ਕਿੱਥੇ ਆ? ਚਲੋ ਹਾਂ, ਬਾਹਰ ਨੀ ਨਿਕਲਣਾ ਘਰੋਂ, ਉਹ ਭਰਾਵਾ ਜਿਹੜੇ ਮੁੰਡੇ ਦੀ ਗੱਡੀ ਹੈ ਇਹ, ਉਹ ਭਰਾਵਾ ਜੇ ਤੂੰ ਰੋਮਾਂਚਕ ਵੇਖਦਾ ਕਿ ਐਵੇਂ ਤੇਰੇ ਲੱਤਾਂ ਤੜਾਊਗੀ, ਉਹਨੇ ਟੰਬਾ ਮਾਰਨਾ ਇਹਦੇ, ਇਹਦੇ ਤਿਲਕ ਜਾ ਕੇ ਤੇਰੇ ਵੱਜਣਾ, ਨਾਲੇ ਤੇਰੀ ਗੱਡੀ ਪੜਾਊਗੀ ਜਿਹੜੀ ਵੇਖੀ ਪੁਰਾਣੇ ਮਾਡਲ ਦੀ ਵਿਚਾਰੀ ਇਹ। ਮਸਾਂ ਜੁੜਦੀਆਂ ਯਾਰ ਕਾਰਾਂ, ਮੈਨੂੰ ਲੱਗਦਾ ਰਵੀ ਅੱਗੇ ਬੰਦ ਆ ਕਦੀ
ਅੰਨੀ ਦੇ ਦਾਣਾ ਮੰਡੀ ਚ ਫਿਰਦੇ ਆ, ਹਜੇ ਗੱਡੀ ਚਲਾਣੀ ਨੀ ਆਉਂਦੀ ਇਹਨੂੰ। ਕੌਣ ਖੜੀ ਹੁੰਦੀ ਹੈ ਇੰਗਲੈਂਡ ਵਾਲੀ ਬ੍ਰਿਜ ਦੇ ਬਾਹਰ। ਹਾਂ ਫਾਈਨਲੀ ਆਪਾਂ ਅੱਜ ਗਏ ਸੀਗੇ, ਮੈਂ ਰਾਤੀ ਜਦੋਂ ਸੁੱਤੀ ਅੱਛਾ ਮੈਨੂੰ ਨੀਂਦ ਨਹੀਂ ਆਈ। ਫੇਰ ਤੂੰ ਐਂ ਕਿਉਂ ਕਹਿੰਦੀ ਐ, ਮੈਂ ਰਾਤੀ ਜਦੋਂ ਸੁੱਤੀ ਆ ਐਂ ਕਾਖ, ਮੈਂ ਜਦੋਂ ਰਾਤੀ ਸੌਣ ਲਈ ਲੇਟੀ ਆ ਮੈਨੂੰ ਨੀਂਦ ਨਹੀਂ ਆਈ, ਸੁੱਤੀ ਆ ਲੈ। ਪਤਾ ਨਹੀਂ ਕਿਉਂ ਚੀਜ਼ਾਂ ਦਿਮਾਗ 'ਚ ਘੁੰਮੀ ਜਾਂਦੀਆਂ ਸੀ, ਟੈਨਸ਼ਨਸ। ਸਹੀ ਗੱਲ ਐ, ਸਾਰੇ ਕਿਤੇ ਹੀ ਆ, ਮੈਨੂੰ ਆ ਬਹੁਤ ਟੈਨਸ਼ਨ ਆ, ਬਹੁਤ ਟੈਨਸ਼ਨ ਆ। ਪਹਿਲਾਂ ਹਾਲੇ ਇਹ ਹੁਣ 1 ਤਰੀਕ ਨਿਕਲੀ ਆ, 10 ਦਿਨ ਪਹਿਲਾਂ ਤੇ ਰੈਂਟ ਦੀ ਹਟੀਆਂ, ਫਿਰ ਮੈਨੂੰ ਹੁਣ ਅਗਲੇ ਰੈਂਟ ਦੀ ਟੈਨਸ਼ਨ ਪਈ, ਫਿਰ ਕ੍ਰੈਡਿਟ ਕਾਰਡ ਦਾ ਬਿੱਲ ਯਾਦ ਆ ਗਿਆ। ਮਤਲਬ ਨਾਰਮਲੀ ਨਹੀਂ ਇਦਾਂ ਹੁੰਦੀ ਟੈਨਸ਼ਨਸ, ਪਰ ਜਦੋਂ ਸੌਣ ਲੱਗੋ ਤੇ ਸਾਰਾ ਬੜਾ ਹੀ ਔਖਾ। ਮੈਂ ਹਮੇਸ਼ਾ ਲੋਕਾਂ ਨੂੰ ਇਹੀ ਆਖਦਾ, ਮੈਂ ਇੱਕ ਬੰਦੇ ਦੀ ਵੀਡੀਓ ਵੇਖੀ ਸੀ, ਉਹ ਪਤਾ ਨਹੀਂ ਕਿੱਥੇ ਆ ਬੰਦਾ, ਉਹਦੀ ਉਹ ਇੰਗਲੈਂਡ 'ਚ ਰਹਿੰਦਾ, ਐਂ ਤਾਂ ਪਤਾ ਮੈਨੂੰ, ਰੀਲ ਸ਼ੋ ਹੋਈ, ਕਹਿੰਦਾ ਆ ਜਾਓ ਆ ਜਾਓ ਇੰਗਲੈਂਡ ਆ ਜਾਓ, ਕਹਿੰਦਾ ਸਵੇਰੇ 11 ਵਜੇ ਜਾਓ ਕੰਮ 'ਤੇ, ਸ਼ਾਮ ਨੂੰ 4 ਵਜੇ ਵਿਹਲੇ, 5 ਵਜੇ ਵਿਹਲੇ, ਬਹੁਤ ਪੈਸਾ ਹੈ, 5-5 10-10 ਲੱਖ ਰੁਪਏ ਮਹੀਨੇ ਦਾ ਕਮਾਓਗੇ, ਆ ਜਾਓ ਇੰਗਲੈਂਡ ਆ ਜਾਓ, ਬਹੁਤ ਕੰਮ ਹੈ ਗਾਇਜ਼, ਇੱਥੇ ਵੀ ਹਾਇਰਿੰਗ, ਇੱਥੇ ਵੀ ਹਾਇ। ਲੋਕ ਕਹਿੰਦੇ ਤੂੰ ਗੱਪ ਕਿਉਂ ਮਾਰੀ ਨਾ ਭਰਾਵਾ, ਤੈਨੂੰ ਅਕਲ ਹੈ ਨਹੀਂ। ਉਹ ਕਹਿੰਦਾ ਜਦੋਂ ਮੈਂ ਸੱਚ ਬੋਲਦਾ ਉਦੋਂ ਲੋਕ ਮੈਨੂੰ ਗਾਲਾਂ ਕੱਢਦੇ ਆ, ਮੰਨਦੇ ਨਹੀਂ, ਇੱਥੇ ਆ ਕੇ ਫਿਰ ਰੋਂਦੇ ਆ। ਕਹਿੰਦਾ ਫਿਰ ਹੁਣ ਮੈਂ ਗੱਪ ਮਾਰਨੇ ਸ਼ੁਰੂ ਕਰਾਂ, ਕੀ ਪਤਾ ਹੁਣ ਦਿਮਾਗ ਕੰਮ ਕਰ ਜਾਏ ਲੋਕਾਂ ਦਾ। ਦੇਖੋ ਤੁਹਾਡੀ ਕਿਸਮਤ ਨੇ ਤੁਹਾਨੂੰ ਬਾਹਰ ਲਿਜਾਣਾ ਹੈ ਨਾ, ਜੇ ਮੈਂ ਕਹਿੰਦਾ ਬਾਹਰ ਨਾ ਆਓ, ਬਾਹਰ ਔਖਾ, ਤੁਸੀਂ ਨਹੀਂ ਰੁਕਣ ਵਾਲੇ। ਜੇ ਮੈਂ ਕਹਿੰਦਾ ਆ ਜਾਓ, ਤੁਸੀਂ ਤੁਹਾਡੀ ਕਿਸਮਤ ਨੇ ਲਿਜਾਣਾ ਹੈ ਨਾ ਤੁਹਾਨੂੰ, ਅਸੀਂ ਥੋੜ੍ਹੀ ਅਸੀਂ ਸਿਰਫ ਇੱਕ ਕੀ ਚਮਚੇ ਹੈ, ਤੁਸੀਂ ਵੇਖ ਲਓ ਚਮਚੇ ਨਹੀਂ ਕੰਮ ਆਇਆ ਸਾਈਡ, ਉਹ ਹਿਸਾਬ ਹੈ ਨਾ। ਪਰ ਮੈਂ ਤਾਂ ਇਹ ਕਹਿਣਾ, ਕਿਸੇ ਮਰਜ਼ੀ ਕੰਟਰੀ ਜਾਓ, ਸੋਚ ਸਮਝ ਕੇ ਜਾਓ। ਮੈਂ ਨਹੀਂ ਆਖਦਾ ਇੰਗਲੈਂਡ ਨਾ ਆਓ, ਆਓ ਜੀ ਸਦਕੇ ਆਓ, ਥਾਰੂ ਦੁਨੀਆ ਖਾਲੀ ਪਈ, ਇੱਥੇ ਪਾਓ ਆਪਣੀਆਂ ਕੋਠੀਆਂ, ਕਾਰਾਂ ਬਥੇਰਾ, ਝਾੜ ਪਿਆ ਇੱਥੇ, ਕੱਟੋ ਪਲਾਟ ਆਪਦੇ ਪਾਈਆਂ ਕੋਠੀਆਂ। ਪਰ ਸੋਚ ਸਮਝ ਕੇ ਆਓ ਵੀ ਜਿੱਥੇ ਤੁਹਾਨੂੰ ਕੰਮ ਮਿਲਦਾ ਜਾਂ ਜਿੱਥੇ ਲਿੰਕ ਹੈ ਤੁਹਾਨੂੰ ਪਤਾ ਹੈ ਨਾ। ਐਵੇਂ ਯੂਟਿਊਬਰਾਂ 'ਤੇ ਵਿਸ਼ਵਾਸ ਨਾ ਕਰ ਲਿਆ ਕਰੋ, ਕੋਈ ਮੇਰੇ ਹਿਸਾਬ ਨਾਲ ਤਾਂ ਕੋਈ ਯੂਟਿਊਬਰ ਨਹੀਂ। ਇੰਗਲੈਂਡ ਦੇ ਕਿੰਨੇ ਯੂਟਿਊਬਰ ਆ ਵੀਡੀਓ ਪਾਉਂਦੇ ਆ, ਕੋਈ ਇੱਕ ਦੋ ਹਿੰਦੀ ਯੂਟਿਊਬਰ ਆ ਜਿਹੜੇ ਚੱਜਦੇ ਆ, ਅਤੇ ਇੱਕ ਦੋ ਆਪਣੇ ਪੰਜਾਬੀ ਭਰਾ ਪੇਂਡੂ ਜਮ੍ਹਾਂ ਦੇਸੀ ਜਿਹੜੇ ਉਹ ਚੱਜਦੇ ਆ, ਉਹ ਬਾਕੀ ਸਭ ਐਵੇਂ ਭੋਰੀ ਜਾਂਦੇ ਆ, ਜਿੰਨਾ ਕੁ ਐਕਸਪੀਰੀਅੰਸ ਆ ਵਿਚਾਲੇ ਬਣਾ ਲੈਂਦੇ ਆ ਵੀਡੀਓ, ਕਈ ਤਾਂ ਐਵੇਂ ਦੱਬੀ ਜਾਣਗੇ ਕੰਮ। ਹੁਣ ਮੈਂ ਨਾ ਤਾਂ ਨਹੀਂ ਲੈਣਾ, ਫਿਰ ਕਈ ਵਾਰ ਉਹ ਵੀ ਗਲਤੀ ਕਰ ਸਕਦੇ ਵਿਚਾਰੇ, ਸੋ ਵਧੀਆ ਪਾਉਂਦੇ ਆ ਵੀਡੀਓ। ਆ ਜਿਹੜੇ ਪੇਂਡੂ ਤੁਸੀਂ ਸਮਝਦੇ ਉਹਨਾਂ ਦੀ ਗੱਲ ਨਹੀਂ ਕਰਦਾ ਮੈਂ, ਹੋਰ ਪੇਂਡੂ ਨੇ ਕੋਈ ਇੱਥੇ ਕੈਨੇਡਾ ਵਾਲਾ ਪੇਂਡੂ ਕੈਨੇਡੀਅਨ ਨਹੀਂ। ਫਿਰ ਮੈਨੂੰ ਪੁਆਇੰਟਸ ਯਾਦ ਆ ਗਏ, 20 ਪੁਆਇੰਟਸ ਮੇਰੇ ਯਾਰ ਘੱਟ ਕੇ ਹੋਣੇ ਆ, ਕਿਉਂਕਿ ਜਦੋਂ ਮੈਂ ਇੰਡੀਆ ਗਈ ਸੀ ਓਕੇ 3 ਮਹੀਨੇ ਹੋ ਗਏ ਮੈਨੂੰ ਵਾਪਸ ਆਏ ਨੂੰ, ਤੇ ਜਦੋਂ ਲਾਸਟ ਟਾਈਮ ਮੈਂ ਗਈ ਸੀਗੀ ਉਦੋਂ ਮੈਂ ਕ੍ਰੈਡਿਟ ਕਾਰਡ ਦਾ ਬਿੱਲ ਨਹੀਂ ਦਿੱਤਾ, ਪਤਾ ਨਹੀਂ ਉੱਥੇ ਐਪ ਨਹੀਂ ਚੱਲਦਾ ਪਿਆ ਸੀ, ਪਤਾ ਨਹੀਂ ਕੀ ਪ੍ਰੋਬਲਮ ਆਈ, ਤੇ ਪਤਾ ਨਹੀਂ ਮੈਂ ਸਿਮ ਕੱਢਿਆ, ਪਤਾ ਨਹੀਂ ਕੀ ਇਸ਼ੂ ਆਇਆ, ਮੈਂ ਕ੍ਰੈਡਿਟ ਕਾਰਡ ਦਾ ਬਿੱਲ ਨਹੀਂ ਤਾਰਿਆ, ਉਹਦੇ ਕਰਕੇ ਮੇਰੇ ਪੁਆਇੰਟਸ ਘੱਟ ਹੋ ਗਏ। ਤੇ ਪਤਾ ਨਹੀਂ ਰਾਤੀ ਵੈਸੇ ਮੈਂ ਸੋ ਜਾਂਦੀ ਹਾਂ, ਥੋੜ੍ਹਾ ਬਹੁਤਾ ਸੋਚ ਸੋਚ ਕੇ ਆਪਣੇ ਆਪ ਨੂੰ ਸਮਝਾ ਕੇ ਵੀ ਛੱਡ, ਕੋਈ ਐਡੀ ਗੱਲ ਨਹੀਂ ਹੈ। ਕਿਉਂ ਪਤਾ ਕੀ ਹੁੰਦਾ, ਚਲੋ ਸਾਡਾ ਕੰਮ ਹੈ ਰੋਸਟ ਕਰਨਾ ਹੈ ਨਾ, ਪਰ ਤੂੰ ਵੀ ਸੁਣ ਲੈ ਤੇ ਧੀਰ, ਮੈਂ ਚੀਕ ਤਾਂ ਵੇਖਦੀ ਹਾਂ। ਜੇ ਮੈਂ ਦੇਖੋ ਮੈਂ ਟੈਨਸ਼ਨ, ਮੈਂ ਨਹੀਂ ਕਹਿੰਦਾ ਮੈਂ ਨੈਗੇਟਿਵ ਨਹੀਂ ਹੁੰਦਾ ਜਾਂ ਮੈਂ ਟੈਨਸ਼ਨ ਵਾਲੀ ਲੈਂਦਾ, ਇਹ ਜਿੰਨੀਆਂ ਟੈਨਸ਼ਨ ਨੇ ਇਸ ਤੋਂ 10 ਗੁਣਾ ਜ਼ਿਆਦਾ ਟੈਨਸ਼ਨਾਂ ਮੇਰੇ ਕੋਲ ਹੋਣਗੀਆਂ ਅੱਜ ਦੇ ਟਾਈਮ 'ਚ, ਐਟ ਦਿਸ ਟਾਈਮ। ਇਹ ਨਹੀਂ ਕਿ ਮੇਰੇ ਕੋਲ ਹੈ ਨਹੀਂ ਹੈ ਨਾ, ਆਪਾਂ ਇੰਜੋਏ ਕਰੀਦਾ ਲਾਈਫ ਨੂੰ। ਮੈਂ ਵੀ ਕਦੇ ਕਦੇ ਨੈਗੇਟਿਵ ਹੁੰਦਾ, ਮੈਨੂੰ ਵੀ ਪੋਜ਼ਿਟਿਵ ਕਰਨ ਵਾਲਾ ਕੋਈ ਨਹੀਂ ਹੁੰਦਾ, ਕਿਉਂਕਿ ਮੇਰੀ ਨੈਗੇਟਿਵਿਟੀ ਤਾਂ ਇਦੂ 100 ਗੁਣਾ ਉੱਤੇ ਹੁੰਦੀ ਹੈ, ਕਿਉਂਕਿ ਹੋ ਜਾਂਦਾ ਕਦੇ ਕਦੇ, ਫਿਰ ਤਾਂ ਰੱਬ ਹੀ ਬਚਾਉਂਦਾ ਆਪਾਂ ਨੂੰ, ਕਿਉਂਕਿ ਮੈਂ ਤਾਂ ਪਾਠ ਕਰਕੇ ਪੋਜ਼ਿਟਿਵ ਹੁੰਦਾ, ਸਿੱਧੀ ਜਿਹੀ ਭਾਸ਼ਾ 'ਚ ਗੱਲ ਕਹਾਂ ਮੈਂ ਹੈ ਨਾ।
ਰੱਬ ਦੇ ਨਾਂ ਲੈ ਕੇ ਉੱਦਾਂ ਵੀ ਲਈਦਾ, ਪਰ ਥੋੜ੍ਹਾ ਜਿਹਾ ਜ਼ਿਆਦਾ ਲੈ ਲਈਦਾ, ਉਹਦਾ ਵੀ ਰੱਬਾ ਰਾਹ ਰੂਹ ਨਹੀਂ ਦੇਖਦਾ ਕੋਈ, ਰੱਬ ਵੀ ਕਹਿੰਦਾ ਆ ਗਿਆ ਅਰਨੀ ਦਿਆ, ਮੈਨੂੰ ਪਤਾ ਹੀ ਆਏਗਾ ਮੇਰੇ ਕੋਲ। ਤੁਸੀਂ ਇਹ ਸੋਚਿਆ ਕਰੋ ਕਿ ਹੁਣ ਤੱਕ ਇੰਨੀਆਂ ਔਕੜਾਂ 'ਚੋਂ, ਇੰਨੀਆਂ ਪ੍ਰੋਬਲਮਸ 'ਚੋਂ ਰੱਬ ਉਰੇ ਤੱਕ ਲੈ ਆਇਆ, ਕਿੱਥੇ ਮਰਜ਼ੀ ਲੈ ਗਿਆ ਤੁਹਾਨੂੰ ਜੇ ਜਿੱਥੇ ਮਰਜ਼ੀ ਤੁਸੀਂ, ਇੰਨੇ ਦੁੱਖਾਂ 'ਚੋਂ, ਇੰਨੀਆਂ ਲੜਾਈਆਂ ਲੱਪੀਆਂ ਔਕੜਾਂ ਸਭ ਕਾਸੇ 'ਚੋਂ ਰੱਬ ਨੇ ਕੱਢਤਾ, ਤਾਂ ਗਾਂਹ ਕੀ ਚੀਜ਼? ਦੇਖੋ ਤੁਸੀਂ ਸੋਚੋ ਜਾਂ ਟੈਨਸ਼ਨ ਤਾਂ ਲਓ ਵੀ ਤੁਹਾਨੂੰ ਪਤਾ ਹੈ ਵੀ ਟੈਨਸ਼ਨ ਲੈਣ ਨਾਲ ਸਾਡੀ ਪ੍ਰੋਬਲਮ ਖਤਮ ਹੋ ਜਾਣੀ ਹੈ, ਜਾਂ ਸਾਡੇ ਸੋਚਣ ਨਾਲ ਜਾਂ ਸਾਡੇ ਨਾ ਸੌਣ ਨਾਲ ਤੁਹਾਡੀ ਪ੍ਰੋਬਲਮ ਦਾ ਹੱਲ ਨਿਕਲ ਜੂਗਾ, ਫਿਰ ਤੁਸੀਂ ਬੇਝਿਜਕ ਹੋ ਕੇ ਟੈਨਸ਼ਨ ਲਓ। ਜਦੋਂ ਤੁਹਾਨੂੰ ਪਤਾ ਹੀ ਹੱਲ ਨਹੀਂ ਨਿਕਲਣਾ, ਫਿਰ ਬੋਝ ਕਾਹਦਾ ਲੈਣਾ, ਕਾਹਦਾ ਲੈਣਾ? ਮੈਂ ਇੱਕ ਚੀਜ਼ ਵੇਖਦਾ, ਮੈਨੂੰ ਕਈ ਕਈ ਕਪਲਾਂ 'ਚ ਜਾਂ ਰੀਲਾਂ ਵਾਲਿਆਂ 'ਚ ਕਿਸੇ 'ਚ ਕੋਈ ਚੀਜ਼ ਤਾਂ ਚੰਗੀ ਲੱਗਦੀ ਹੈ, ਹੁਣ ਮੈਂ ਨਾ ਲਊਂਗਾ ਮੱਛਰ ਜਾਣਗੇ ਇੰਨੀ ਦੇ, ਹੁਣ ਐਂਜਲ 'ਚ ਹੋ ਮੈਂ, ਤੁਸੀਂ ਵਲੋਗ ਵੇਖ ਲਓ ਆਏ ਹਫ਼ਤੇ, ਚਾਹੇ ਵਲੋਗ ਦੇ ਚੱਕਰ 'ਚ ਜਾਂਦੇ ਆ ਪਰ ਘੁੰਮਣ ਜਾਂਦੇ ਆ, ਉਹਨਾਂ ਨੂੰ ਕੀ ਦਿਹਾੜੀ ਦੱਪੇ ਕਰਕੇ ਫੀਸਾਂ ਕੱਢ ਲਓ ਜਾਂ ਖਰਚੇ ਕੱਢ ਲਓ, ਜੋ ਵਲੋਗਾਂ ਤੋਂ ਆਈ ਜਾਂਦਾ ਵਲੋਗਾਂ 'ਚ ਲਾਈ ਜਾਓ, ਕਮ ਸੇ ਕਮ ਜ਼ਿੰਦਗੀ ਤਾਂ ਜੀ ਹੋਈ ਹੈ, ਸਾਲੀ ਟੈਨਸ਼ਨ ਕਿੰਨੀ ਹੈ ਲੋਕਾਂ ਨੂੰ। ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਕਿ ਟੈਨਸ਼ਨ ਲੈ ਗਈ ਬੜਾ ਯਾਰ ਕਿਵੇਂ ਰੈਂਟ ਨਿਕਲ, ਸਭ ਕੁਛ ਨਿਕਲ ਜਾਣਾ ਯਾਰ ਰੱਬ ਬੈਠਾ ਕਰਨ ਵਾਲਾ, ਪਰ ਇਹ ਵੀ ਨਹੀਂ ਕਿ ਛੱਡ ਯਾਰ ਕੀ ਕਰਨਾ ਜੋਬ ਅਪਲਾਈ ਕਰਕੇ ਰੱਬ ਭਰਾ ਹੀ ਦੇਊਗਾ ਰੈਂਟ, ਇੰਨੇ ਵੀ ਬੇਸ਼ਰਮ ਨਹੀਂ ਹੋਣਾ, ਠੀਕ ਹੈ? ਟੈਨਸ਼ਨ ਨਾ ਲਿਆ ਕਰੋ, ਰੱਬ ਦਾ ਨਾਂ ਲਿਆ ਕਰੋ ਟੈਨਸ਼ਨ ਲੈਣ ਦੀ ਬਜਾਏ। ਆਪਣੇ ਪੁਰਾਣੇ ਕਿ ਮੈਂ ਤਾਂ ਕਦੇ ਕਿਸੇ ਨੂੰ ਕੁਛ ਕਿਹਾ ਨੀ ਵੀ ਕੋਈ ਗੱਲ, ਮੈਂ ਆਪਣੇ ਵੱਲੋਂ ਬਹੁਤ ਦਿਨ ਹੋ ਗਏ ਯਾਦ ਹੀ ਕਰ ਰਹੀ ਹਾਂ ਕਿ ਤੇਰੇ ਰਿਸ਼ਤੇਦਾਰ ਆਏ ਕਿਤੇ, ਉਧਰ ਤਾਂ ਨੀ ਕੋਈ ਪ੍ਰੋਬਲਮ ਹੋ ਸਕਦੀ, ਤੇ ਫੋਨ ਫੋਨ ਕਰਾਉਂਦੇ ਹੋਣ ਕਿ ਜ਼ਿਆਦਾ ਮੱਛਰ ਨਹੀਂ ਖੜਦੇ, ਦੱਸ ਦੇ ਖੜ ਜਾ ਮੇਰੀ ਦੀਦੀ ਆਉਂਦੀ ਤੇਰੇ ਨਾਲ ਲੜਾਈ ਕਰਨ, ਕੀ ਹੋ ਸਕਦਾ? ਕੌਣ ਆ ਯਾਰ ਧਮਕੀ ਦੇਣ ਵਾਲਾ ਅੰਨੀ ਦੇਣ ਨੂੰ, ਤੇਰੀ ਲੱਤਾਂ ਤੋੜ ਦਾਂਗੇ, ਲੈ ਅੰਨੀ ਦੇ ਮੁਰਗਾ ਖਾਓ ਵੱਢ ਕੇ, ਜੇ ਲੱਤਾਂ ਹੀ ਤੋੜਨੀਆਂ ਦਾ ਇਹਦੀ ਕਰਨੀ, ਲੱਤਾਂ ਤੋੜ ਗਿਆ ਪਹਿਲੇ ਟੁੱਟੀ ਪਈ ਹੈ ਵਿਚਾਰੀ, ਵਿਚਾਰੀ ਵਿਚੋਰੀ ਨਹੀਂ ਗਈ ਇਹ, ਜਰਾ ਮਾਰਾ ਮੂੰਹ ਦੇ ਦੇ ਕਾਲਜ ਟਾਈਮ ਦੀ ਕੋਈ ਗੱਲ ਕੁਛ ਵੀ, ਬਟ ਕੁਛ ਵੀ ਅੱਛਾ ਇਦਾਂ ਦਾ ਕੁਛ ਯਾਦ ਨਹੀਂ ਆਇਆ, ਤੇ ਸਾਰਾ ਕੁਛ ਫਰੋਲ ਫਰੂਲ ਕੇ ਇੱਕ ਨਤੀਜੇ ਤੇ ਪਹੁੰਚਿਆ, ਮੈਂ ਬਾਅਦ ਚ ਦੱਸੂਗੀ। ਤੇ ਮੈਂ ਸਾਰੀ ਰਾਤ ਨਹੀਂ ਸੁੱਤੀ, 6 ਵਜੇ ਥੱਲੇ ਗਈ ਆ, 6 ਵਜੇ ਰਵੀ ਬੈਠਾ ਹੋਇਆ ਸੀਗਾ ਥੱਲੇ, ਉਹ ਸਾਡੇ ਘਰੇ ਰਹਿੰਦਾ ਆ, ਤੇ ਉਹਦੇ ਕੋਲ ਘਰ 'ਚ ਗੱਡੀ ਆ। ਰਵੀ ਕੌਣ ਆ? ਰਵੀ ਮਾਲੀ ਆ, ਰਵੀ ਬੈਠਾ ਹੋਇਆ ਸੀ, ਐਂ ਆਖਦੇ ਮੇਰਾ ਕੋਈ ਭਰਾ ਬਣਿਆ ਆਇਆ, ਛੋਟਾ ਵੀਰ ਬੈਠਾ ਹੋਇਆ ਸੀ, ਵੱਡਾ ਵੀਰ ਬੈਠਾ ਸੀ, ਰਵੀ ਬੈਠਾ ਹੋਇਆ ਸੀ, ਰਵੀ ਦੇ ਘਰ ਦੇ ਕਹਿੰਦੇ ਹੋਣੇ ਯਾਰ ਰਵੀ ਤੂੰ ਜਲਦੀ ਕਮਰਾ ਚੇਂਜ ਕਰ, ਇਹ ਤੇਰੀ ਗੱਡੀ ਬਣਾਊਗੀ ਨਾਲੇ ਤੇਰੇ ਗਿੱਟੇ ਤੇ ਨਾਲੇ ਤੈਨੂੰ ਡੋਬੂਗੀ ਇਹ। ਹਾਂ ਤੇ ਉਹ ਕਹਿੰਦਾ ਤੁਸੀਂ ਇੰਡੀਆ ਗੱਡੀ ਚਲਾਈ ਆ, ਮੈਂ ਕਿਹਾ, ਤੇ ਕਹਿੰਦਾ ਵੀ ਚਲੋ ਤੁਸੀਂ ਗੱਡੀ ਚਲਾ ਕੇ ਵੇਖੋ, ਤੇ ਮੈਂ 3-4 ਮਹੀਨੇ ਬਾਅਦ, ਕੌਣ ਕਹਿੰਦਾ, ਕੋਈ ਕਵੇ ਮੈਂ ਮਾੜੀ ਮੋਟੀ ਚਲਾ ਲੈਣੀ ਆ, ਮਧਾਨੀ ਗੱਡੀ ਨੂੰ ਹੱਥ ਪਾਣ ਲੱਗੇ ਵੈਸੇ ਹੀ ਡਰ ਲੱਗਦਾ, ਬਟ ਉਹ ਕਹਿੰਦਾ ਮੜ ਕੇ ਤਾਂ ਚਲਾ ਤੁਹਾਡਾ ਹੱਥ ਖੁੱਲ ਜੂਗਾ। ਹੱਥ ਖੋਲ ਕੇ ਕੀ ਕਰਨਾ ਉਹਨੂੰ, ਕਹਿ ਭਰਾਵਾ ਤੂੰ ਮੇਰੇ ਹੱਥ ਖੋਲਣ ਨੂੰ ਫਿਰਦਾ, ਲੋਕ ਮੇਰੀ ਲੱਤਾਂ ਖੋਲਣ ਨੂੰ ਫਿਰਦੇ ਆ, ਗਿੱਟੇ ਗੋਡੇ ਭੰਨਣ ਨੂੰ ਫਿਰਦੇ ਆ, ਹੱਥ ਖੋਲ, ਇਹ ਹੱਥ ਖੋਲਦੀ ਫਿਰਦੀ ਗੱਡੀ ਚਲਾ ਕੇ ਲੋਕਾਂ ਨੇ ਗਿੱਟੇ ਖੋਲ ਦੇਣੇ ਇਹਦੇ। ਤੇ ਮੈਂ ਚਲਾਈ ਤੇ ਬੜੀ ਸੋਹਣੀ ਚੱਲ ਗਈ, ਫਿਰ ਆਪਾਂ 15-20 ਮਿੰਟ ਰਾਊਂਡ ਜਿਹਾ ਮਾਰ ਕੇ ਆਏ ਆ, ਤੇ ਮਜ਼ਾ ਆਇਆ ਆ ਕੇ। ਫਿਰ ਮੈਂ ਕੋਸ਼ਿਸ਼ ਕੀਤੀ ਮੈਂ ਸੋ ਜਾਵਾਂ, ਜੇ ਨਹੀਂ ਸੁੱਤੀ ਮੈਂ ਬਿਲਕੁਲ ਹੀ ਰੈਸਟਲੈਸ ਹੋ ਜਾਊਂਗੀ। ਤੇ ਹੁਣ ਟਾਈਮ ਹੋਇਆ ਆ ਸਵੇਰ ਦੇ 11, ਉੱਠ ਗਈਆਂ ਮੈਂ, 3-4 ਘੰਟੇ ਸੁੱਤੀਆਂ, ਹੁਣ ਉੱਠ ਗਈਆਂ, ਹੁਣ ਥੱਲੇ ਜਾਊਂਗੀ ਕੁਛ ਬਣਾਊਂਗੀ, ਸਫਾਈ ਸਫੂਈ ਕਰਨੀ ਆ, ਕਲਾਇੰਟ ਦਾ 2:30-3 ਵਜੇ ਆ, ਉਸ ਤੋਂ ਪਹਿਲਾਂ ਕੁਛ ਨਾ ਕੁਛ ਬਣ ਵੀ ਜਾਊਗਾ, ਸਫਾਈ ਵੀ ਹੋਜੂਗੀ, ਤੇ ਆਪਾਂ ਉਹ ਕੰਮ ਕਰੀਏ। ਫਿਰ ਰਾਤੀ ਆਪਾਂ ਅੱਜ ਬਣਾਉਣਾ ਆ ਕਸਟਰਡ, ਤੇ ਕਸਟਰਡ ਮੈਨੂੰ ਬਣਾਉਣਾ ਨਹੀਂ ਆਉਂਦਾ, ਮੰਮਾ ਆਪਾਂ ਨੂੰ ਕਾਲ ਕਰਾਂਗੇ ਤੇ ਤੁਹਾਨੂੰ ਵੀ ਵਲੌਗ 'ਚ ਦਿਖਾਉਂਗਾ। ਮੰਮਾ ਪਾਪਾ ਨੂੰ ਕਾਲ ਕਰਕੇ ਤੁਸੀਂ ਪੁੱਛੇਂਗੇ ਕਸਟਰਡ ਕਿਵੇਂ ਬਣਦਾ, ਅੰਨੀ ਦੀ ਇੰਨੀ ਕਵਿਤਾ ਕਿਚਨ ਪਈ ਹੈ, ਇੰਨੇ ਨੈੱਟ 'ਤੇ ਲੋਕ ਪਏ ਆ, ਕਸਟਰਡ ਪੁੱਛ ਲੈ ਕਿੱਦਾਂ ਬਣਦਾ, ਲੈ
ਮੰਮਾ ਪਾਪਾ ਨੂੰ, ਮੰਮਾ ਕਸਟਰਡ ਵਾਸਤੇ ਫੋਨ ਕੀਤਾ, ਉਦਾਂ ਮੇਰਾ ਮੂਡ ਨਹੀਂ ਤੁਹਾਡੇ ਨਾਲ ਗੱਲ ਕਰਾਂ ਮੈਂ, ਦੱਸੋ ਕਸਟਰਡ ਕਿਵੇਂ ਬਣਨਾ ਹੈ। ਆਪਾਂ ਨੂੰ ਵੀਡੀਓ ਕਾਲ ਕਰਾਂਗੇ ਤਾਂ ਉਹਨਾਂ ਨੂੰ ਕਹੋਗੇ ਮੈਨੂੰ ਕਸਟਰਡ ਦੱਸੋ ਕਿੱਦਾਂ ਬਣਾਈਦਾ। ਸੋ ਕੰਮ-ਕੁਮ ਕਰ ਲਈਏ ਤੇ ਤੁਹਾਨੂੰ ਆਪਾਂ ਦੇ ਨਾਲ ਮਿਲਦੇ ਆ ਹੁਣ ਵੀਡੀਓ ਕਾਲ ਤੇ। ਅਸੀਂ ਨਹੀਂ ਮਿਲਣਾ। ਹਾਂ ਕਸਟਰਡ ਪਾਊਡਰ ਹੈਗਾ, ਮੈਨੂੰ ਕਸਟਰਡ ਬਣਾਉਣਾ ਸਿਖਾਓ। ਰਾਮ ਰਾਮ ਆਂਟੀ ਜੀ, ਓ ਸੌਰੀ ਨਮਸਤੇ, ਇੱਧਰ ਰਾਮ ਰਾਮ ਤਾਂ ਉੱਧਰ ਚੱਲਦੀ ਸ਼ਿਵ ਵਾਲੇ ਪਾਸੇ। ਹਾਂ ਬਣਾਇਆ ਨੀ ਕਦੇ ਨੇ ਤਾਂ ਆਂਟੀ, ਆਇਆ ਆਖਦੀ ਜਿਵੇਂ ਇੰਡੀਆ ਚ ਵੀ ਅੱਡ ਰਹਿੰਦੀ ਸੀ ਇਹ, ਤੁਹਾਨੂੰ ਪਤਾ ਹੀ ਹੈ ਭਾਂਡੇ ਰੱਖਣ ਤਾਂ ਮਸਾ ਜਾਂਦੀ ਸੀ ਰਸੋਈ ਚ ਇਹ, ਬਣਾਇਆ ਨੀ ਮੈਂ ਤਾਂ ਪੁੱਛ ਕੇ ਬਣਾਉਂਗੀ। ਅੱਛਾ ਕਹਿੰਦੇ ਲਿਆਈ ਕਿਉਂ ਸੀ, ਕਿਉਂਕਿ ਮੈਂ ਪੁੱਛ ਕੇ ਬਣਾ ਸਕਦੀ ਹਾਂ। ਕਿਤਨਾ ਕੁ ਬਣਾ ਲਿਆ ਕੁਆਂਟਿਟੀ ਪਤਾ ਹੋਏ ਨਾ, ਗਲਾਸ ਦੁੱਧ ਉਬਾਲ ਲਓ, ਦੁੱਧ ਗਰਮ ਕਰਨਾ ਰੱਖੋ, ਦੁੱਧ ਨਹੀਂ ਦੁੱਧ, ਔਰ ਠੰਡੇ ਦੁੱਧ ਮੇ ਕਸਟਰਡ ਘੋਲ ਲਓ, ਅੱਲੇ ਇੱਕ ਦੋ ਚਮਚ। ਆਪ ਪੰਜਾਬੀ ਮੇ ਹਿੰਦੀ ਘੋਲ ਲਓ ਪਹਿਲੇ, ਕਸਟਰਡ ਬਾਅਦ ਮੇ ਘੋਲਣਾ ਆਂਟੀ ਜੀ। ਚਲ ਇੰਨਾ ਇੰਨਾ ਕੁ ਬਣਾਉਣਾ, ਚਲ ਦੋ ਚਮਚ ਤਾਂ ਬਣ ਹੀ ਜਾਣਗੇ। ਨਹੀਂ ਉਤਨਾ ਕੁ ਦੁੱਧ ਚਾਹੀਏ, ਥੋੜਾ ਸਾ। ਅੱਛਾ ਹਾਂ, ਜਿਸ ਮੇ ਦੋ ਬੜੇ ਚਮਚ ਘੁਲ ਜਾਏ। ਅੱਛਾ ਉਸਕੋ ਅੱਛੀ ਤਰ੍ਹਾਂ ਚਮਚ ਸੇ ਘੋਲ ਦੇਣਾ, ਫਿਰ ਉਸਕੋ ਗਰਮ ਦੁੱਧ ਮੇ ਡਾਲ ਦੇਣਾ। ਓਕੇ ਫਿਰ ਥੋੜਾ ਸਾ ਕੋਸਾ ਦੁੱਧ ਹੋਏਗਾ ਉਸਮੇ ਡਾਲ ਦੇਣਾ। ਗਰਮ ਦੁੱਧ ਕੇ ਕੋਸਾ ਦੁੱਧ, ਗਰਮ ਦੁੱਧ ਮੇ ਗੈਸ ਵੀ ਡਾਲ ਦੇਣਾ ਕਿ ਥੋੜਾ ਕੋਸਾ ਕਰਕੇ। ਹਾਂ ਗੈਸ ਠੀਕ ਹੈ ਰਵਾ, ਇਹ ਤਾਂ ਜਾਈ ਹੁੰਦੀਆਂ ਮਾਮਾ ਦੀਆਂ ਦੋਨੇ। ਥੋੜਾ ਗਰਮ ਦੁੱਧ ਕੋ ਕਸਟਰਡ ਕੋ ਦੁੱਧ ਮੇ ਡਾਲ ਦੇਣਾ, ਦੁੱਧ ਕੋ ਕਸਟਰਡ ਮੇ ਡਾਲ ਦੇਣਾ, ਥੋੜਾ ਕੋਸਾ ਕਰਕੇ ਗਰਮ ਦੁੱਧ ਕੋ ਗੈਸ ਪੇ ਨੀਚੇ ਤਾਰ ਕੇ। ਗਰਮ ਤਾਂ ਨਹੀਂ ਦੀ, ਗਰਮੀ ਰਹੂਗਾ ਜਾਂ ਤਾਂ ਆਏ ਆ ਗੈਸ ਤੋਂ ਤਾਰਾਂ ਤੋਂ 5 ਮਿੰਟ ਬਾਅਦ ਪਾ ਦਈਏ, 2 ਮਿੰਟ ਬਾਅਦ ਪਾ ਦਈਏ। ਆਪੇ ਤੇ ਕੋ ਪਤਾ ਲੱਗ ਜਾਏਗਾ ਜਦ ਬਣੇਗਾ। ਸਰ ਆਏ ਆ, ਹੂੰ ਚਲ ਸਰ ਆਏ। ਹੈਲੋ ਹੈਲੋ ਮੰਮੀ ਤੋਂ, ਉਹਨੇ ਆਪਣੀ ਜਿਹੜੀ ਸਾਨੂੰ ਨਹੀਂ ਖਵਾਇਆ 25 ਸਾਲਾਂ ਤੋਂ ਉਹਦੇ ਕੋਲ ਸਿਰ। ਮੈਨੂੰ ਐਂ ਕਿਉਂ ਲੱਗਦਾ ਤੂੰ ਤੂੰ ਅੰਨੀ ਦੀ ਆਪਦੇ ਘਰੇ ਹੀ ਵੇਖ ਲਿਆ ਕਰ, ਆਹ ਬੰਦਾ ਵਿਚਾਰਾ ਕਿੰਨਾ ਦੁਖੀ ਹੈ, ਤੂੰ ਐਵੇਂ ਟੈਂਸ਼ਨ ਲਈ ਖੜੀ ਆ। ਦੱਸ ਇਹ ਬੰਦਾ ਦੁਖੀ ਰਹਿੰਦਾ 25 ਸਾਲ ਸਾਨੂੰ ਨਹੀਂ ਖਵਾਇਆ ਅੰਨੀ ਦਾ। ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਅੰਕਲ ਕੋਲ 2 ਕੁੜੀਆਂ ਉਹ ਕਦੋਂ ਗਈਆਂ, ਵੈਸੇ ਸੋਚਣ ਵਾਲੀ ਗੱਲ ਆ ਨਾ। ਕਲੇਸ਼ ਨਹੀਂ ਹੈਗਾ, ਜੇ ਕਲੇਸ਼ ਹੁੰਦਾ ਟੈਂਸ਼ਨ ਹੁੰਦੀ ਆਂਟੀ ਦਾ ਰੰਗ ਉੱਡਦਾ, ਆਂਟੀ ਦਾ ਜਵਾਨ ਪਈ ਹੈ ਬਿੰਦੂ ਨੂੰ ਰੂਲਾ ਆਂਟੀ ਵਾਂਗੂ, ਸਮਝ ਨਹੀਂ ਆਉਂਦੀ ਯਾਰ। ਕਮਾਲ ਆ ਨਾ, ਅੰਕਲ ਦਾ ਰੋਜ਼ ਕਲੇਸ਼ ਪੈਂਦਾ, ਕਿਹੜੇ 2 ਦਿਨ ਹੋਣਗੇ ਜਿੱਦੇ ਅੰਕਲ ਨੂੰ ਆਂਟੀ 'ਤੇ ਪਿਆਰ ਆਇਆ ਹੋਊਗਾ ਅਤੇ ਸੁਨੇਹਾ, ਅਤੇ ਉਹ ਨਲਾਇਕ ਜੀ ਹੋ ਗਈ ਹੋਣੀ ਹੈ, ਨਹੀਂ ਸਿਆਣੀ ਆ ਉਹ ਕੋਰੀਅਨ ਵੇਖਦੀ ਅਗਲੀ, ਆਪਣੇ ਵਰਗਾ ਤਾਂ ਪੰਜਾਬੀ ਨਹੀਂ ਨਾਟਕ ਸਮਝ ਆਉਂਦੇ। ਮੈਂ ਕੀ ਬਣਾਉਣੀ ਸਿੱਖਦੀ ਨਹੀਂ ਉਹਨਾਂ ਤੋਂ ਵੀ, ਪੜ੍ਹਦੀ ਪੁੜਦੀ ਆ ਕਿ ਹਲੇ 53% 'ਤੇ ਬੈਠੀ ਆ। ਪਾਪਾ ਜੀ ਮੇਰੇ ਕੋਲ ਬੋਲਣਾ, ਫਿਰ ਬੇਟਾ ਪੜ੍ਹੋ। ਪਾਪਾ ਨੂੰ ਪੈਗ ਬਣਾਉਣਾ ਹੁੰਦਾ, ਸਪੈਸ਼ਲੀ ਜਿੱਦਾਂ ਇਹਨਾਂ ਨੂੰ ਆਉਂਦਾ ਹੁੰਦਾ ਦੇਖੇ ਸਟ੍ਰੀਕ ਆ ਗਈ ਉੱਤੇ, ਇੱਕ ਸਟ੍ਰੀਕ ਆਈ ਹੈ।
ਓ ਮਾਈ ਗੋਡ, ਕਿਸੇ ਦੀ ਸਟ੍ਰੀਕ ਆ ਗਈ, ਮੈਨੂੰ ਨਾਮ ਨਹੀਂ ਪਤਾ ਲੱਗੀ ਹੁੰਦਾ। ਪ੍ਰੀਤਾ ਲਿਖਿਆ, ਕੀ ਲਿਖਿਆ, ਰੀਤਾ ਲਿਖਿਆ, ਇਹ ਨਾ ਕੁਆਲਿਟੀ ਡਾਊਨ ਆ ਥੋੜੀ ਜੀ। ਉਹ ਤੂੰ ਨਾ ਪੁੱਛ, ਤੂੰ ਨੈਟ ਤੇ ਵੇਖ ਲਾ, ਐਵੇਂ ਉਹਨਾਂ ਦੇ ਡਾਂਗਾਂ ਚਲਾ ਦੀ, ਉਹ ਭਰੇ ਹੀ ਰਹਿੰਦੇ ਦੋਨੇ ਅੰਕਲ ਆਂਟੀ ਵਿਚਾਰੇ। ਤੂੰ ਕਿੱਧਰ ਬੋਲੀ ਜਾਂਦੀ, ਐਵੇਂ ਬਣ ਜਾਂਦੇ, ਆਪਕੋ ਪਤਾ ਹੀ ਨਹੀਂ ਹੈ, ਆਪਕੋ ਕਸਟਰਡ ਬਣਾਉਣਾ ਨਹੀਂ ਤਾਂ ਮੈਂ ਪੈਕ ਡੋਲ ਤੇ ਪਾ ਪਾ ਕੇ ਤੂੰ ਕਸਟਰਡ ਦੀ ਗੱਲ ਕਰਦੀ ਇੰਨੀ ਦੀ। ਇਹ ਲੜ ਪੈਣਗੇ ਆਪਸ, ਵੇਖ ਲਈ ਓਕੇ ਬਣਾਤੀ ਹੂੰ। ਉਬਾਲੇ ਦੋ ਦਿਨ ਦਵਾਈ ਦੋ ਦੇ, ਥੋੜਾ ਜਿਹਾ ਹੋ ਜਾਏਗਾ ਨਾ ਗਾੜਾ। ਹਾਂਜੀ ਇੱਕ ਤਾਂ ਇੱਕ ਦੋ ਉਬਾਲਾ ਹੋਰ ਦਵਾ ਦੀ। ਹਾਂ ਅਗਲੇ ਸਾਲ ਕੀ ਗਿਆ, ਹਲਕੀ ਉਬਾਲਾ ਇੱਕ ਦੋ ਉਬਾਲਾ ਦਵਾ ਕੇ ਬਸ ਬੰਦ ਕਰਕੇ ਟੱਕ ਰੱਖ ਦੇ। ਅੱਛਾ ਜਦੋਂ ਬੰਦ ਕਰੇਗੀ ਨਾ ਗੈਸ ਹੈਨਾ, 10 ਮਿੰਟ ਬਾਅਦ ਸਟੋਰੀ ਬਣਾਉਣਾ ਪਾ ਕੇ ਟੱਕ ਦੇ। ਠੀਕ ਹੈ, ਕੱਟ ਕੇ ਬਿਲਕੁਲ ਕੱਟ ਕੇ ਬਰੀਕ ਬਰੀਕ ਕੱਟ ਕੇ ਪਾਉਂਗੀ ਬਾਬਾ, ਮੈਂ ਪਾਗਲ ਹਾਂ, ਮੈਂ ਸਾਬਤ ਪਾ ਦੂੰਗੀ। ਚਲ ਇਹ ਨਾ ਕਹਿ ਤੇ ਗੱਲ ਨਾ ਕਰ ਬੇਟਾ, ਸਾਰਿਆਂ ਨੂੰ ਪਤਾ ਲੱਗ ਜਾਏਗਾ। ਚਲ ਤੁਹਾਨੂੰ ਪਤਾ ਨਾ ਬਸ, ਉਹ ਰਵੀ ਵੀ ਬੋਲਿਆ ਸਭ ਨੂੰ ਪਤਾ ਵਾ ਇੱਥੇ ਬੌਂਗੀ ਹੈਗੀ ਹੈ, ਕਿੱਧਰ ਯਾਰ ਰੱਖੀ ਹੋਈ ਹੈ ਘਰੇ ਤੁਸੀਂ। ਮੈਨੂੰ ਪਤਾ ਰਹਾ ਜਿਹੜਾ ਕੋਲ ਬੈਠਾ ਉਹਦਾ ਪਤਾ ਲੱਗ ਹੀ ਜਾਣਾ। ਪੈਰੂ ਦੱਸ ਲੈ, ਇਹ ਕਮਾਲ ਦੀ ਗੱਲ ਹੈ, ਬੱਚੇ ਨਾ ਬਾਹਰ ਜਾ ਕੇ ਲੱਛਣ ਜ਼ਿਆਦਾ ਕਰਦੇ ਆ, ਲੋਕਾਂ ਨੂੰ ਕੰਮ ਦੀ ਟੈਨਸ਼ਨ, ਪੜ੍ਹਾਈਆਂ ਟੈਨਸ਼ਨ, ਇਹਨੂੰ ਇੰਨੀ ਨੂੰ ਗਿੱਟਿਆਂ ਦੀ ਵੀ ਟੈਨਸ਼ਨ ਆ, ਹਾਏ ਕੋਈ ਗਿੱਟੇ ਨੇ ਤੋੜ ਜੇ ਮੇਰੇ, ਮੈਂ ਤਾਂ ਵੈਕਸਿੰਗ ਕਰਾ ਕਰਾ ਲੱਤਾਂ ਗੋਲੀਆਂ ਕਰਦੀ ਰਹਿ ਗਈ, ਹੋਰ ਕਿਤੇ ਭੰਨ ਕੇ। ਓ ਮਾਈ ਗਾਡ, ਵੈਰੀ ਬੈਡ। ਕਲਾਇੰਟ ਆਇਆ ਨਹੀਂ, ਪੌਪਕਾਰਨ ਕਲਾਇੰਟ ਵਾਸਤੇ ਬਣਾਏ ਸੀ ਆਪਦੇ ਵਾਸਤੇ। ਪੈਰੂ ਕੁੱਤੇ ਦੀ ਜ਼ਿਆਦਾ ਇੱਜ਼ਤ ਹੈ ਛੋਟੀ ਭੈਣ ਨਾਲੋਂ ਤਾਂ। ਹੈਲੋ ਕਦੋ, ਪੈਰੀ ਦੇ ਬੜੇ ਫੈਨ ਆ, ਤੁਹਾਨੂੰ ਕੀ ਪਤਾ। ਲਵੀ ਤੋਂ ਘੱਟ ਤਾਂ ਨਹੀਂ, ਲਵੀ ਤੋਂ ਸਾਰੇ ਲਵੀ ਚ ਐਟੀਟਿਊਡ। ਲਵੀ ਨੂੰ ਕੋਈ ਲੈਂਦੇ ਨੀ ਗਾ, ਉਹਦੇ ਅਰਨ ਅਕੈਡਮੀ ਰੱਖੜੀ ਬੰਨਣ ਆਇਆ, ਰੱਖੜੀ ਬਣਾਈ, ਦੇਣਾ ਦੋ ਨਹੀਂ ਦਿੰਦਾ, ਦੋ ਸ਼ਗਨ ਵੀਜ਼ਾ ਦੇ ਦੇਣਾ। ਅਰੇ ਮੇਰੇ ਕੋ ਨਹੀਂ ਜਾਣਾ ਕੈਨੇਡਾ, ਮੇਰੇ ਕੋ ਤਾਂ ਕੋਰੀਆ ਕਾ ਵੀਜ਼ਾ ਲੱਗਤਾ ਹੈ, ਨਹੀਂ ਲੱਗਤਾ। ਛੀ ਏਜੰਟਸ, ਇਹਨਾਂ ਕੋ ਆਤਾ ਹੀ ਨਹੀਂ ਵੀਜ਼ਾ ਲਗਵਾਉਣਾ। ਇਹੋ ਜੇ ਮਾਲੀ ਰੱਖੇਗਾ ਤੋ ਘਰੇ ਜਿਹਨਾਂ ਨੂੰ ਕਸਟਰਡ ਦੀ ਵੈਲਿਊ ਨਾਲੋ ਤੇਰੀ ਵੈਲਿਊ ਨੀ ਪਿਆਰੀ, ਕਸਟਰਡ ਦਾ ਮੂੰਹ ਨੀ ਵੇਖਿਆ, ਬਣਾਉਣ ਲੱਗੀ ਤਾਂ ਵੇਖਿਆ ਹੀ ਹੋਣਾ ਨੀ ਦੀਏ। ਇਹ ਬੜਾ ਚੱਲਦਾ, ਲੋਕ ਤਾਂ ਗਾਲਾਂ ਹੀ ਲਿਖ ਦਿੰਦੇ ਦੁੱਧ ਦੀ ਥੈਲੀ ਦੇ ਉੱਤੇ, ਕਹਿਣ ਦੇ ਉੱਤੇ ਗਾਲ ਪਾਈ ਮਾਂ ਭੈਣ ਦੀ, ਜਿਹੜਾ ਦੁੱਧ ਦੇ ਕਹਿਣ ਨੂੰ ਹੱਥ ਲਓ ਮੇਰੇ, ਐਂ ਲੀਕਾਂ ਲਾ ਲੈਂਦੇ ਹਨ ਬਹੁਤ ਯਾਰ, ਵੈਸੇ ਦਿੱਕਤ ਚੱਲਦੀ ਹੈ, ਕਿਤੇ ਕਿਤੇ ਚੱਲਦੀ ਹੈ, ਕਿਤੇ ਵਧੀਆ ਖੁੱਲ੍ਹੇ ਰਹਿੰਦੇ ਆ ਜਿਵੇਂ, ਫਿਰ ਕਲਿੱਪ ਲਊਂਗੀ। ਅਨ ਵੈਸੇ ਵੀ ਯਾਰ ਮੈਂ ਬਹੁਤ ਪਰੇਸ਼ਾਨ ਆ, ਥੋੜ੍ਹੇ ਦਿਨ ਹੋ ਗਏ ਉਧਰੋਂ ਘਰ ਦੇ ਬੋਲਦੇ ਆ, ਵਲੌਗਸ ਨਹੀਂ ਪਾਉਂਦੀ, ਇਧਰੋਂ ਸਾਰੇ ਕਮੈਂਟਸ ਕਰਦੇ ਆ। ਅੱਛਾ ਸਹੀ ਦੱਸਾਂ, ਕੈਨੇਡਾ ਕੋਈ ਕੇਸ ਚੱਲਦਾ ਪਿਆ ਆ। ਅੱਛਾ, ਮੈਂ ਲਾਸਟ ਹੋ ਗਿਆ ਵੀ ਉਹਦੇ ਬਾਰੇ ਗੱਲ ਕੀਤੀ ਸੀ, ਐਂਡ ਬੜਾ ਇੱਕ ਨਵਾਂ ਹੀ ਸਿਆਪਾ ਪਿਆ ਆ, ਅਕੈਡਮਿਕ ਇੰਟੀਗ੍ਰਿਟੀ ਸਮਥਿੰਗ ਦਾ। ਮੈਂ ਬਹੁਤ ਪਰੇਸ਼ਾਨ ਆ, ਬਹੁਤ ਪਰੇਸ਼ਾਨ। ਮੈਂ ਪ੍ਰੋਪਰ ਅਗਲੇ ਵਲੌਗ ਚ ਵੀਡੀਓ ਲਾਉਂਗੀ, ਮੈਨੂੰ ਥੱਲੇ ਸੀਰੀਅਸਲੀ ਇੱਕ ਦਿਮਾਗ ਨਾਲ ਕਮੈਂਟ ਕਰਨ, ਮਤਲਬ ਜਦੋਂ ਕਰੋਗੇ ਉਹ ਸੋਚ ਕੇ ਕਰਿਓ ਵੀ ਸੱਚੀ ਨਾ, ਮੁੱਦਾ ਚੱਕਣ ਵਾਲੀ ਗੱਲ ਸੀਗੀ ਵੀ ਉਹਦੀ ਕੰਪਲੇਂਟ ਕੀਤੀ ਜਾਵੇ, ਇਹ ਕੀਤਾ ਜਾਵੇ, ਉਹ ਕੀਤਾ ਜਾਵੇ। ਯਾਰ ਮੈਨੂੰ ਕੋਈ ਫਰਕ ਨਹੀਂ ਪਿਆ ਉਸ ਚੀਜ਼ ਨਾਲ, ਮੇਰੀ ਕੰਪਲੇਂਟ ਹੋਈ ਆ, ਮੈਂ ਮੇਲ ਪਾਈ, ਮੇਰੀ ਉੱਥੇ ਹੀ ਸੋਲਵ ਹੋ ਗਈ, ਮੈਨੂੰ ਕੋਈ ਬਹੁਤ ਉਹ ਨਹੀਂ ਜਿੰਨਾ ਤੁਸੀਂ
ਮਤਲਬ ਉਸ ਚੀਜ਼ ਨੂੰ ਹਾਈਪ ਦਿੱਤੀ ਨਾ, ਮੈਨੂੰ ਉਸ ਚੀਜ਼ ਨਾਲ ਫਰਕ ਨਹੀਂ ਪਿਆ, ਬਟ ਮੈਂ ਇਸ ਵਲੌਗ 'ਚ ਉਹ ਚੀਜ਼ ਪਾਉਣਾ ਨਹੀਂ ਚਾਹੁੰਦੀ। ਹਾਂ, ਕਿਉਂਕਿ ਮੈਂ ਨਹੀਂ ਚਾਹੁੰਦੀ ਆ ਉਧਰਲੇ ਪਾਸੇ ਅਗਲੇ ਵਲੌਗ, ਅੱਛਾ ਉਧਰ ਕੀ ਹੋ ਜਾਵੇ, ਹਾਸੇ ਖੇਡੀਆਂ ਦਾ ਵਲੌਗ ਸੀ, ਨੋਰਮਲ ਵਲੌਗ ਸੀਗਾ, ਇਹ ਉਧਰ ਹੀ ਰਵੇ ਤੇ ਨੈਕਸਟ ਵਲੌਗ 'ਚ ਮਤਲਬ ਕੁਝ ਐਕਸਪਲੇਨ ਕਰੂੰਗੀ ਵੀ ਮਤਲਬ ਉਧਰਲੇ ਪਾਸੇ ਇਨ ਦਾ ਸੈਂਸ ਕਿ ਟੈਨਸ਼ਨ ਵਾਲੇ ਪਾਸੇ ਜਾਵੇ, ਮੈਂ ਕੋਈ ਉਧਰਲੇ ਪਾਸੇ ਹੋਰ ਸਮਝ ਗਿਆ ਸੀ। ਨਹੀਂ ਦੀ ਨਾ, ਚਲੋ ਨੈਕਸਟ ਵਲੌਗ ਦੀ ਵੇਟ ਕਰਦੇ, ਕੀ ਕਹਿੰਦੇ ਆ ਕਮੈਂਟ ਪੜੀਏ ਮਾੜੇ ਜੇ। ਵੈਰੀ ਪ੍ਰੋਬਲਮ ਆ, ਕੌਣ ਆ ਇੰਗਲਿਸ਼ ਇਸ ਨੇ ਆ, ਯੂ ਸ਼ੁੱਡ ਟੇਕ ਮੈਡੀਸਨ ਸਮ ਟਾਈਮ, ਵੀ ਫੇਸ ਡਿਪਰੈਸ਼ਨ ਐਂਡ ਐਗਜ਼ਾਈਟੀ ਪ੍ਰੋਬਲਮ, ਅਸੀਂ ਸਮਝ ਨਹੀਂ ਪਾਉਂਦੇ, ਮੈਡੀਸਨ ਨਾਲੋਂ ਰੱਬ ਦਾ ਨਾ ਜ਼ਿਆਦਾ ਜ਼ਰੂਰੀ ਹੈ, ਫੇਸ ਟਮ ਟਾਈਮ ਯੇ ਵੋ, ਠੀਕ ਆ ਮੈਡੀਸਨ ਵੀ ਕੰਮ ਕਰਦੀ ਹੈ ਪਰ ਜਿੱਥੇ ਦਵਾਈ ਨਾ ਕੰਮ ਕਰੇ ਉੱਥੇ ਰੱਬ ਦਾ ਨਾ ਕੰਮ ਕਰੇ। ਇਹੀ ਕਹਿੰਦਾ ਕਿ ਪੋਜ਼ਿਟਿਵ ਰੱਖਿਆ ਕਰੋ ਆਪਦੇ ਆਪ ਨੂੰ, ਕੰਮ ਉਹ ਕਰੋ ਜਿਹਦੇ 'ਚ ਤੁਹਾਡਾ ਫਾਇਦਾ ਹੋਵੇ, ਜਾਂ ਟੈਨਸ਼ਨ ਉਦੋਂ ਲਓ ਜਦੋਂ ਤੁਹਾਨੂੰ ਪਤਾ ਵੀ ਅਸੀਂ ਰੋਲਾਂਗੇ ਅੱਧਾ ਘੰਟਾ ਤਾਂ ਸਾਡਾ ਹੱਲ ਨਿਕਲ ਜਾਣਾ, ਰੌਲਾ ਰੌਲਾ ਮਨ ਹੌਲਾ ਹੋ ਜਾਂਦਾ, ਉਹ ਟਾਈਮ ਗਏ ਮਨ ਹੌਲੇ ਵਾਲੇ, ਇੱਥੇ ਦਿਮਾਗ ਖਰਾਬ ਹੋ ਜਾਂਦਾ ਰੋ ਰੋ ਕੇ। ਆ ਕੌਣ ਅੱਧੇ, ਮੈਂ ਇੱਕ ਚੀਜ਼ ਵੇਖੀ ਹੈ ਯਾਰ, ਜਿਹੜੇ ਮੇਰੇ ਸਬਸਕ੍ਰਾਈਬਰ ਆ ਨਾ ਉਹ ਇਹਨਾਂ ਦੇ ਵੀ ਸਬਸਕ੍ਰਾਈਬਰ ਅੰਨੀ ਦੇ, ਇਹਨਾਂ ਦੀ ਵੀਡੀਓ ਥੱਲੇ ਕਮੈਂਟ ਕਰੀ ਜਾਣਗੇ ਮੇਰੀ ਵੀਡੀਓ, ਆਹ ਜਿਹੜੀ ਦੋ ਤਿੰਨ ਕੁੜੀਆਂ ਕਾੜੀਆਂ ਇਹ ਸਾਰੀਆਂ ਮੇਰੀ ਵੀਡੀਓ ਥੱਲੇ ਕਮੈਂਟ ਕਰਦੀ ਰੋਜ਼, ਭਾਅ ਜੀ ਆ ਗਏ, ਭਾਅ ਜੀ ਫਸਟ ਕਮੈਂਟ ਸੈਕਿੰਡ ਬਣਾ, ਇੱਥੇ ਵੀ ਕਮੈਂਟ ਕਰੀ ਜਾਂਦੀਆਂ ਅੰਨੀ ਦੀਆਂ, ਇਹ ਕਿਤੇ ਇਹੀ ਤਾਂ ਕਿਤੇ ਫੇਕ ID ਬਣਾ ਕੇ ਲੱਗੀ ਭਾਈ। ਹਾਂ ਤੁਸੀਂ ਸਹੀ ਹੋ ਤਾਂ ਹੋਰਾਂ ਦੇ ਪ੍ਰਵਾਹ ਨਾ ਕਰੋ ਸੁਨੇਹਾ ਦੀ, ਵਾਹਿਗੁਰੂ ਜੀ ਹਮੇਸ਼ਾ ਸੱਚ ਦਾ ਸਾਥ ਦਿੰਦੇ ਆ, ਗੋਡ ਬਲੈਸ ਯੂ ਲੋਟਸ ਆਫ ਲਵ ਦੀ ਲੈ ਮਾਨਸੇ ਤੋਂ ਲ। ਔਰਤ ਨੂੰ ਫੇਸ ਕਰਨਾ ਪੈਂਦਾ ਸਾਰਾ ਕੁਛ, ਇਹ ਤਾਂ ਗੱਲ ਮੈਂ ਦੇਖ ਲਈ, ਅੱਛਾ ਆਪੇ ਕਰਨਾ ਪੈਂਦਾ ਸਭ, ਮਰਦ ਕਿਸੇ ਦੀ ਮਿੱਤ ਨਹੀਂ ਹੁੰ, ਮਰਦ ਕਿਸੇ ਦੇ ਮਿੱਤ ਨਹੀਂ ਹੁੰਦੇ, ਉਹ ਵੈਰੀ ਬੈਡ ਗਰਲ, ਇਹ ਕੌਣ ਹੈ ਮਰਦ ਕਿਸੇ ਦੇ ਮਿੱਤ ਨਹੀਂ ਹੁੰਦੇ, ਨਾਲੇ ਕਹਿੰਦੇ ਜਨਾਨੀ ਕਿਸੇ ਦੀ, ਐਵੇਂ ਨਾ ਕਲੇਸ਼ ਪਾਈ ਜਾਇਆ ਕਰ, ਮਰਦ ਜਨਾਨੀ ਮਰਦ ਜਨਾਨੀ, ਦੈਸ ਮਰਦ ਕਿਸੇ ਦੇ ਮਿੱਤ ਨਹੀਂ ਹੁੰਦੇ। ਨਹੀਂ ਯਾਰ ਤੁਸੀਂ ਕੁਛ ਨਹੀਂ ਬੋਲਣਾ, ਇਗਨੋਰ ਕਰਦੇ ਹੋ, ਲੈ ਇਗਨੋਰ ਕਰ ਦੂਗੀ ਤਾਂ ਵਿਊ ਕਿਵੇਂ ਆਉਣਗੇ, ਕਮਾਲ ਦੀ ਗੱਲ ਹੈ। ਚਲ ਕੋਈ ਨਾ ਅਗਲੇ ਵਲੌਗ ਦੀ ਵੇਟ ਕਰਦੇ ਹਾਂ, ਬਾਕੀ ਪੋਜ਼ਿਟਿਵ ਰਿਹਾ ਕਰੋ ਸਾਰੇ ਜਣੇ, ਟੈਨਸ਼ਨ ਨਾ ਲਿਆ ਕਰੋ ਅਤੇ ਆਓ ਕਮੈਂਟ ਪੜੀਏ। ਸਤਿ ਸ਼੍ਰੀ ਅਕਾਲ ਵੀਰੇ, ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹੂੰਗੀ ਕਿ ਮੈਨੂੰ ਤੁਹਾਡੀ ਵੀਡੀਓਜ਼ ਬਹੁਤ ਵਧੀਆ ਲੱਗਦੀਆਂ, ਲੱਗਦੀ ਹੈ ਜਦ ਵੀ ਟਾਈਮ ਲੱਗਦਾ ਇੱਕ ਦੋ ਦੇਖ ਲੈਂਦੀਆਂ, ਓਕੇ ਅਤੇ ਰੋਮਾਂਚਿਕ ਪ੍ਰੋਗਰਾਮ, ਤੁਸੀਂ ਬਹੁਤ ਵਧੀਆ ਗੱਲਾਂ ਕਰਦੇ, ਗੋਡ ਬਲੈਸ, ਸ਼ੁਕਰੀਆ ਭੈਣੇ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਅਗਲਾ ਮੈਸੇਜ ਪੜ੍ਹਦੇ ਹਾਂ, ਕਮੈਂਟ ਵੀ ਪੜ੍ਹਿਆ ਕਰਾਂਗੇ, ਸੋਰੀ ਭੁੱਲ ਜਾਂਦਾ ਯਾਰ ਮੈਂ। ਕੀ ਹਾਲ ਆ ਵੀਰ, ਮੈਂ ਤੁਹਾਨੂੰ ਇੱਕ ਗੱਲ ਦੱਸਣੀ ਸੀ, ਵੱਡਾ ਭਰਾ ਅਸੀਂ ਬੈਠੇ ਸੀ ਯਾਰ ਦੋਸਤ, ਅੱਛਾ ਬਾਈ ਤੇਰਾ ਪ੍ਰੋਗਰਾਮ ਦੇਖੀ ਜਾਂਦੇ ਸੀ ਸਾਰੇ ਸੱਜਣ ਮਿੱਤਰ, ਖੁਸ਼ ਹੋਊਗਾ ਪ੍ਰੋਗਰਾਮ ਦੇਖ ਕੇ, ਦਾਰੂ ਪੀਂਦਾ ਵੀ ਪ੍ਰੋਗਰਾਮ ਦੇਖ ਕੇ ਸਵਾਦ ਆ ਰਿਹਾ। ਇਹ ਮੈਨੂੰ ਲੱਗਦਾ ਨੇ ਪੈਗ ਲਾਂਦੇ ਨੇ, ਮੈਸੇਜ ਕੀਤਾ ਮੈਨੂੰ, ਸ਼ੁਕਰੀਆ ਭਰਾ, ਬਹੁਤ ਬਹੁਤ ਧੰਨਵਾਦ ਤੁਹਾਡਾ। ਠੀਕ ਆ, ਲਾਈਫ ਨੂੰ ਇੰਜੋਏ ਕਰੋ, ਦਾਰੂ ਦੱਪਾ ਹੁਣ ਮੈਂ ਕਹੂੰਗਾ ਛੱਡੋ, ਇਹਨਾਂ ਕਹਿਣਾ ਯਾਰ ਬੰਦ, ਇਹਨਾਂ ਨੂੰ ਸਬਸਕ੍ਰਾਈਬ ਕਰ, ਸਾਰੀ ਚੜੀ ਲਾਤੀ ਇਹਨੇ, ਇਹਨੂੰ ਨਹੀਂ ਵੇਖਣਾ। ਸੋ ਇੰਜੋਏ ਕਰੋ ਲਾਈਫ ਨੂੰ ਜਿਵੇਂ ਵੀ ਕਰੋ, ਕੋਈ ਦਿੱਕਤ ਨਹੀਂ ਮੈਨੂੰ। ਸੋ ਸ਼ੁਕਰੀਆ ਭਾਅ ਜੀ, ਬਹੁਤ ਬਹੁਤ ਤੁਹਾਡਾ। ਸੋ ਅੱਗੇ ਇੱਕ ਹੋਰ ਮੈਸੇਜ ਪੜ੍ਹੀਏ, ਹੈਲੋ ਬ੍ਰੋ, ਲਵ ਫਰੋਮ USA, ਯਾਰ ਯੂ ਡੂਇੰਗ ਸੋ ਗ੍ਰੇਟ, ਪਹਿਲਾਂ ਮੈਂ ਇਕੱਲਾ ਦੇਖਦਾ ਹੁੰਦਾ ਸੀ, ਪਹਿਲਾਂ ਦੇਖਦਾ ਹੁੰਦਾ ਹੁੰਦਾ, ਅੱਛਾ ਮੇਰੀ ਵਾਈਫ ਨੇ ਸੁਣੀ ਜਾਣਾ, ਹੁਣ ਉਹਨੂੰ ਵੀ ਆਦਤ ਪੈ ਗਈ ਨਾਲ ਹੀ ਦੇਖਣ ਦੀ, ਅੱਛਾ ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ ਬ੍ਰੋ, ਤੇਰੇ ਰੱਬ ਤੈਨੂੰ ਖੂਬ ਤਰੱਕੀਆਂ ਬਖਸ਼ੇ, ਸ਼ੁਕਰੀਆ ਭਾਅ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਦੇਖਿਆ ਕਰੋ ਪ੍ਰੋਗਰਾਮ, ਮੈਂ ਨਹੀਂ ਆਖਦਾ ਕਿ ਹਾਸਿਆਂ ਲਈ ਹੈ, ਤੁਹਾਡੀ ਵੱਖਰੀ ਟੁੱਟ ਜੂਗੀ, ਨਹੀਂ ਨਹੀਂ, ਆਪਾਂ ਸਿਰਫ ਇੰਜੋਏ ਕਰਨ ਆਉਣੇ ਹਾਂ ਇੱਥੇ, ਦੁਨੀਆ ਬਹੁਤ ਟੈਨਸ਼ਨਾਂ ਨਾਲ ਭਰੀ ਪਈ ਹੈ, ਦੁੱਖਾਂ ਨਾਲ ਭਰੀ ਪਈ ਹੈ, ਸੋ ਬਸ ਯਾਰ ਇੰਜੋਏ ਕਰਿਆ ਕਰੋ, ਮੈਂ ਕੋਈ ਇੰਨਾ ਸਿਆਣਾ ਨਹੀਂ ਗਾ, ਮੈਂ ਵੀ ਖਾਚੀ ਹਾਂ, ਮੈਨੂੰ ਤਾਂ ਬੜੀ ਟੈਨਸ਼ਨ ਹੈ, ਪਰ ਮੈਨੂੰ ਗਿੱਟੇ ਤੋੜਨ ਵਾਲੀ ਧਮਕੀ ਨਹੀਂ ਆਈ, ਉਹ ਮੈਨੂੰ ਚਾਹੀਦੀ ਵੀ ਨਹੀਂ ਭਰਾਵਾ, ਇਹ ਤਾਂ ਫਿਰ ਵੀ ਕਾਰ 'ਤੇ ਘੁੰਮੀ ਨਹੀਂ, ਮੈਂ ਜਾਣਾ ਵੀ ਤੁਰ ਕੇ ਹਾਂ ਸਾਈਕਲ 'ਤੇ, ਇਹ ਨਾ ਹੋਣਾ ਮਾਰੇ ਚੱਕਾ ਵਿੰਗਾ ਹੋ ਗਿਆ ਸਾਈਕਲ ਦੇ ਉੱਤੋਂ ਗਿੱਟੇ ਦੇ ਵੱਜੇ ਮੇਰੇ। ਸੋ ਬਾਈ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ, ਇੰਸਟਾ ਸਨੈਪਚੈਟ 'ਤੇ ਫੋਲੋ ਕਰ ਦਿਓ, ਖੁਸ਼ ਰਹੋ ਯਾਰ, ਜੇ ਹੁਣ ਤੱਕ ਰੱਬ ਨੇ ਰੱਖ ਲਿਆ, ਅੱਗਾਂ ਵੀ ਰੱਬ ਰੱਖ ਲੂਗਾ।
ਰੱਬ ਲੈ ਜਾਊਗਾ, ਕੰਮ ਤਾਂ ਸਾਰਾ ਰੱਬ ਦਾ, ਆਪਾਂ ਐਵੇਂ ਜ਼ੋਰ ਲਾਈ ਜਾਂਦੇ ਹਾਂ। ਸੋਚਣ ਨਾਲ ਜਾਂ ਰੋਣ ਨਾਲ ਜਦੋਂ ਹੱਲ ਨਿਕਲਦਾ ਫਿਰ ਰੋਵੋ, ਜੇ ਨਹੀਂ ਨਿਕਲਦਾ ਫਿਰ ਤੁਹਾਨੂੰ ਕਿੰਨੇ ਕਿਹਾ ਰੋਣ ਨੂੰ, ਜਰਾ ਲੈ ਕੇ ਮਾਰ ਐਵੇਂ ਰੋਈ ਜਾਂਦੀ ਹੈ।